ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਬੱਚਿਓ ਪਿਆਰੇ ਬੱਚਿਓ ਮੈਂ ਮੈਡਮ ਸ਼ਵੇਤਾ ਸਰਕਾਰੀ ਪ੍ਰਾਇਮਰੀ ਸਕੂਲ ਬੇਗਾਵਲੀ ਤੋਂ ਅੱਜ ਤੁਹਾਨੂੰ ਅੱਜ ਦੇ ਇੱਕ ਖਾਸ ਦਿਨ ਬਾਰੇ ਜਾਣਕਾਰੀ ਦੇਣ ਜਾ ਰਹੀ ਹਾਂ ਤਾਂ ਬੱਚਿਓ ਤੁਹਾਨੂੰ ਸਭ ਨੂੰ ਪਤਾ ਹੈ ਕਿ ਅੱਜ ਇੱਕ ਬਹੁਤ ਹੀ ਖਾਸ ਅਤੇ ਪਵਿੱਤਰ ਦਿਨ ਹੈ ਉਹ ਹੈ ਰਖੜੀ ਦਾ ਤਿਉਹਾਰ ਤਾਂ ਬੱਚਿਓ ਅੱਜ ਮੈਂ ਤੁਹਾਨੂੰ ਰਖੜੀ ਦੇ ਤਿਉਹਾਰ ਦੀ ਮੈਂ ਹੱਤਾਂ ਬਾਰੇ ਜਾਣਕਾਰੀ ਦੇਵਾਂਗੀ ਸਾਰੇ ਬੱਚਿਆਂ ਨੇ ਧਿਆਨ ਨਾਲ ਸੁਣਨਾ ਹੈ ਹਾਂਜੀ ਤਾਂ ਬੱਚਿਓ ਰਖੜੀ ਕੀ ਪਾਵ ਹੈ ਰਖੜੀ ਦਾ ਤਾਂ ਹਾਂਜੀ ਰਖੜੀ ਜਾਂ ਰਾਖੀ ਤੋਂ ਪਾਵ ਹੈ ਵੀਰ ਭੈਣਾ ਦੀ ਰੱਖਿਆ ਕਰਨ ਜਾਂ ਕਹਿ ਲੋ ਕਿ ਕਿਸੇ ਔਂਕੜ ਦੇ ਸਮੇਂ ਰੱਖਿਆ ਕਰਨ ਜਾਂ ਕਮ ਆਉਣ ਇਹ ਵੀ ਤਾਰਨਾ ਹੈ ਕਿ ਭੈਣਾ ਇਸ ਮੌਕੇ ਤੇ ਭਰਾਵਾਂ ਦੀ ਸੁੱਖ ਮੰਗਦਿਆਂ ਹਨ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕਰਦਿਆਂ ਹਨ ਤੇ ਭਰਾਵਾਂ ਦੀ ਉਮਰ ਦਰਾਜ ਹੋ ਜਾਂਦੀ ਹੈ ਬੱਚਿਓ ਰਖੜੀ ਬੰਨਨ ਦਾ ਸਹੀ ਮਨੋਰਥ ਤਾਂ ਹੀ ਪੂਰਾ ਹੋ ਸਕਦਾ ਹੈ ਜੇ ਦੋਹਾਂ ਤੀਰਾਂ ਇੱਕ ਦੂਜੇ ਨੂੰ ਪਿਆਰ ਤੇ ਸਤਿਕਾਰ ਦੇਣ ਤਾਂ ਬੱਚਿਓ ਇਹ ਤਿਉਹਾਰ ਦੇਸੀ ਮਹੀਨੇ ਸਾਵਣ ਦੀ ਪੂਰਨਮਾਸੀ ਨੂੰ ਮਨਾਇਆ ਜਾਂਦਾ ਹੈ ਜਾਂ ਇਹ ਉਹ ਕਹ ਲੋ ਕਿ ਇਹ ਤਿਹਾਰ ਅਗਸਤ ਦੇ ਮਹੀਨੇ ਵਿੱਚ ਆਉਂਦਾ ਹੈ ਹਾਂਜੀ ਤਾਂ ਬੱਚਿਓ ਕਾਲ ਯੁਗ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਭੈਣ ਭਰਾ ਦਾ ਪਾਕ ਪਵਿੱਤਰ ਰਿਸ਼ਤਾ ਟਿੜਕ ਗਿਆ ਹੈ ਕਿਸੇ ਵੇਲੇ ਵੀਰਾਂ ਦੇ ਸਾਹੀ ਜੀਉਣ ਵਾਲੀਆਂ ਪੈਨਾ ਵੀ ਜਦੋਂ ਆਪਣੇ ਧੀਆ ਪੁੱਤਾਂ ਦੇ ਕਾਰਜ ਹੋ ਜਾਣ ਮਾਮੇ ਛੱਕਾ ਪੂਰੀਆਂ ਕਰ ਦੇਣ ਉਨ੍ਹਾਂ ਦੇ ਸੱਸ ਸੋਹਰਿਆਂ ਦੇ ਦੁੱਖ ਸੁੱਖ ਵੀ ਵੱਡੇ ਕਾਰੇ ਆਉਣ ਤਾਂ ਉਹ ਭਰਾਵਾਂ ਨੂੰ ਬੇਲੋੜੀ ਚੀਜ਼ ਵਾਂਗ ਹੀ ਛੱਡਦੀਆਂ ਹਨ ਅਤੇ ਉਹ ਭਰਾਵਾਂ ਨਾਲ ਉਮਰਾਂ ਦੀ ਵਰਤੋ ਵਾਲੀ ਉੱਚੀ ਸੁੱਚੀ ਭਾਵਨਾ ਤਿਆਗ ਕਰਕੇ ਭਰਾਵਾਂ ਨੂੰ ਤੁੱਛ ਸਮਝਦੀਆਂ ਹਨ ਬੱਚਿਓ ਇਸ ਚੀਜ਼ ਤੇ ਅਸੀਂ ਇਹੀ ਕਹਿ ਸਕਦੇ ਹਾਂ ਕਿ ਜਿਸ ਵਿੱਚ ਭੈਣ ਇਹ ਕਹਿੰਦੀ ਹੈ ਕਿ ਇੱਕ ਵੀਰ ਦੇਵੀ ਵੇ ਰੱਬਾ ਮੇਰੀ ਸਾਰੇ ਉਮਰ ਦੇ ਮਾਪੇ ਕਿਹਾ ਜਾਂਦਾ ਹੈ ਕਿ ਘਰ ਦੀ ਧੀ ਤੇ ਘਰ ਦਾ ਨੌਕਰ ਸਦਾ ਘਰ ਦੀ ਸੁੱਖ ਮੰਗਦੇ ਹਨ ਪਰ ਅੱਜ ਦੇ ਸਮੇਂ ਤਾਂ ਨੌਕਰ ਵੀ ਜਿਹੜੇ ਨੇ ਉਹ ਪੈਸੇ ਦੇ ਪੁੱਤ ਬਣ ਕੇ ਰਹਿ ਗਏ ਹਨ ਜੋ ਆਪਣੇ ਹੀ ਮਾਲਕ ਦਾ ਕਤਲ ਕਰ ਦਿੰਦੇ ਹਨ ਹਾਂਜੀ ਬੱਚਿਓ ਇਹ ਸਚਾਈ ਹੈ ਬਿਲਕੁਲ ਪਿਛਲੇ ਸਮੇਂ ਰਖੜੀ ਦਾ ਮੁੱਲ ਮੋਹ ਪਿਆਰ ਨਾਲ ਪੈਂਦਾ ਸੀ ਦਿਖਾਵੇ ਕੱਪੜੇ ਅਤੇ ਗਹਿਣਿਆਂ ਨਾਲ ਨਹੀਂ ਬੇਸ਼ੱਕ ਅੱਜ ਵੀ ਅਜਿਹੇ ਭਰਾ ਹਨ ਜੋ ਪੈਨਾ ਨੂੰ ਮਾਪੇ ਦੀ ਯਾਦ ਨਹੀਂ ਆਉਂ ਦਿੰਦੇ ਉਹਨਾਂ ਦੀ ਸਾਰੇ ਉਮਰ ਦੇ ਮਾਪੇ ਬਣ ਕੇ ਰਹਿੰਦੇ ਹਨ ਅਜਈਆਂ ਪੈਨਾ ਵੀ ਹਨ ਜੋ ਭਰਾਵਾਂ ਨੂੰ ਮਾਪਿਆਂ ਵਾਂਗ ਅਤੇ ਪੁੱਤਾਂ ਵਾਂਗ ਸਤਿਕਾਰ ਦੀਆਂ ਅਤੇ ਪਿਆਰ ਦੀਆਂ ਹਨ ਪਰ ਅਜਿਹੇ ਜਿਉੜੇ ਹੁਣ ਬਹੁਤ ਹੀ ਘੱਟ ਰਹਿ ਗਏ ਹਨ ਬੱਚਿਓ ਭੈਣ-ਭਾਨ ਦੇ ਪਿਆਰ ਦੀ ਪ੍ਰਤੀਕ ਇਹ ਰਖੜੀ ਬੰਨਣ ਦਾ ਮਨੋਰਥ ਤਾਂ ਹੀ ਪੂਰਾ ਹੋ ਸਕਦਾ ਹੈ ਜੇ ਦੋਵੇਂ ਧਿਰਾਂ ਇੱਕ ਦੂਜੇ ਨੂੰ ਪਿਆਰ ਤੇ ਸਤਿਕਾਰ ਦੇਣ ਬੱਚਿਓ ਜੇਕਰ ਦੋਵੇਂ ਧਿਰਾਂ ਇੱਕ ਦੂਜੇ ਨੂੰ ਪਿਆਰ ਸਤਿਕਾਰ ਨਹੀਂ ਦਿੰਦੀਆਂ ਤਾਂ ਮਹਿੰਗੀਆਂ ਤੇ ਖੂਬਸੂਰਤ ਰਖੜੀਆਂ ਦਾ ਕੋਈ ਮਹੱਤਵ ਨਹੀਂ ਹੁੰਦਾ ਕਈ ਪੈਣਾ ਸੋਨੇ ਜਾਂ ਚਾਂਦੀ ਦੀਆਂ ਰਖੜੀਆਂ ਵੀ ਭਾਵਾਂ ਨੂੰ ਬੰਨ੍ਹਦੀਆਂ ਹਨ ਇਹ ਆਪਣੀ ਪੌਂਚ ਅਤੇ ਸੋਚ ਤੇ ਨਿਰਭਰ ਕਰਦਾ ਹੈ ਪਰੰਤੂ ਮੋਹ ਦੀ ਤੰਦ ਦਾ ਇੱਕ ਤਾਗਾ ਹੀ ਕਾਫੀ ਹੁੰਦਾ ਹੈ ਅੱਜ ਰਖੜੀ ਦਾ ਮੁੱਲ ਮੋਹ ਪਿਆਰ ਨਾਲ ਨਹੀਂ ਕੱਪੜੇ ਗਹਿਣੇ ਜਾਂ ਪੈਸਿਆਂ ਨਾਲ ਪੈਂਦਾ ਹੈ ਕਈ ਪੈਣਾ ਭਰਾਵਾਂ ਨੂੰ ਜ਼ਿਆਦਾ ਮਾਨ ਆਦਰ ਦਿੰਦੀਆਂ ਹਨ ਜਿਹੜਾ ਉਹਨਾਂ ਦੀ ਰਖੜੀ ਦਾ ਜ਼ਿਆਦਾ ਮੁੱਲ ਪਾਉਂਦਾ ਹੈ ਕਈ ਪਰਜਾਈਆਂ ਨਨਾਨਾ ਨੂੰ ਦਿਲੋਂ ਜੀ ਆਇਆਂ ਕਹਿੰਦੀਆਂ ਹਨ ਸਰਦਾ ਬੰਦਾ ਮਾਨ ਬਖਸ਼ਦਿਆਂ ਹਨ ਅਤੇ ਕਹਿੰਦੀਆਂ ਹਨ ਕਿ ਇਹ ਉਹਨਾਂ ਦੇ ਭਰਾ ਉਹਨਾਂ ਨੂੰ ਉਵੇਂ ਹੀ ਪਿਆਰੇ ਹਨ ਜਿਵੇਂ ਕਿ ਸਾਨੂੰ ਸਾਡੇ ਭਰਾ ਪਿਆਰੇ ਹਨ ਸਾਰੀਆਂ ਭੈਣਾਂ ਨੂੰ ਰਖੜੀ ਨੂੰ ਪੈਸੇ ਨਾਲ ਨਹੀਂ ਤੋਲਣਾ ਚਾਹੀਦਾ ਕਈ ਭੈਣਾਂ ਵੀਰਾਂ ਦੇ ਘਰ ਫੋਕੇ ਪਾਣੀ ਦਾ ਗਲਾਸ ਪੀ ਕੇ ਵੀ ਛੱਤੀ ਅਸੀਸਾਂ ਦੇ ਆਉਂਦੀਆਂ ਹਨ ਇਹ ਤਾਂ ਭੈਣ ਭਰਾ ਦੀ ਸਾਂਝ ਦਾ ਸਨੇਹ ਦਾ ਪਿਆਰਾ ਤਿਉਹਾਰ ਹੈ ਰਖੜੀ ਦੀ ਕਦਰ ਕੀ ਮਤ ਉਹਨਾਂ ਭੈਣਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੂੰ ਰੱਬ ਨੇ ਵੀਰਾ ਨਾ ਦਿੱਤਾ ਹੋਵੇ ਤੇ ਉਹ ਰੱਬ ਨੂੰ ਵਾਰ-ਵਾਰ ਬੇਨਤੀਆਂ ਕਰਦੀਆਂ ਰਹੀਆਂ ਕਿ ਇੱਕ ਵੀਰਤਾ ਦੇਈ ਵੇ ਰੱਬਾ ਤਾਂ ਬੱਚਿਓ ਰਖੜੀ ਇੱਕ ਅਜੇ ਹੀ ਰੂਹ ਦਾ ਰਿਸ਼ਤਾ ਹੈ ਜਿਸ ਨੂੰ ਨਿਭਾਉਣ ਲਈ ਨਾ ਇੱਕ ਭੈਣ ਤਰਸਦੀ ਹੈ ਬਲਕਿ ਇੱਕ ਭਰਾ ਵੀ ਤਰਸਦਾ ਹੈ ਤਾਂ ਬੱਚਿਓ ਕਿਹਾ ਜਾਂਦਾ ਹੈ ਕਿ ਉਹ ਪੈਣਾ ਕਿਸੇ ਦੇ ਬੋਲੇ ਭਰਾ ਦੇ ਰਖੜੀ ਬੰਦੀਆਂ ਹਨ ਜਿੰਨਾ ਪੈਣਾ ਨੂੰ ਰੱਬ ਵੀਰ ਨਹੀਂ ਦਿੰਦਾ ਤਾਂ ਇਸ ਕਰਕੇ ਇਸ ਪਵਿੱਤਰ ਰਿਸ਼ਤੇ ਨੂੰ ਹਮੇਸ਼ਾ ਪਵਿੱਤਰ ਹੀ ਬਣਾ ਕੇ ਰੱਖੋ ਪੈਣਾ ਮੂਹ ਬੋਲੇ ਭਰਾਵਾਂ ਨੂੰ ਰਖੜੀਆਂ ਬੰਦੀਆਂ ਹਨ ਉਹਨਾਂ ਨੂੰ ਸਮਾਜ ਵਿੱਚ ਕਈ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਮਹੀਨਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਬੱਚੋ ਆਪਾਂ ਰਖੜੀ ਦੇ ਤਿਉਹਾਰ ਦੀ ਇਤਿਹਾਸਿਕ ਮਹੱਤਤਾ ਦੀ ਗੱਲ ਕਰੀਏ ਤਾਂ ਬੱਚਿਓ ਰਖੜੀ ਦੇ ਤਿਉਹਾਰ ਦੀ ਇਤਿਹਾਸਿਕ ਮਹੱਤਤਾ ਵੀ ਬਹੁਤ ਜ਼ਿਆਦਾ ਹੈ ਇਸ ਦਿਨ ਬਾਬਾ ਬਕਾਲਾ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਰਖੜ ਪੁੰਨਿਆ ਦਾ ਮੇਲਾ ਵੀ ਲੱਗਦਾ ਹੈ ਇਸ ਦਿਨ ਲਾਗੀ ਜਮਾਨਾ ਕੋਲੋਂ ਲਾਗ ਇਕੱਠੇ ਕਰਦੇ ਹਨ ਤੇ ਉੱਧਰ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਆਪਣੇ ਸਿੱਖ ਧਰਮ ਦੇ ਪਹਿਲੇ ਗੁਰੂ ਹੋਏ ਹਨ ਅਤੇ ਭੈਣ ਨਾਨਕੀ ਜੀ ਦੇ ਵਿਲੱਖਣ ਪਿਆਰ ਦੀ ਉਦਾਹਰਣ ਤਾਂ ਪੂਰੇ ਵਿਸ਼ਵ ਭਾਰ ਵਿੱਚ ਸਾਨੂੰ ਕਿਧਰੇ ਵੀ ਨਹੀਂ ਮਿਲਦੀ ਇਸ ਕਰਕੇ ਦਿਖਾਵਿਆਂ ਨੂੰ ਛੱਡ ਕੇ ਸਾਦਗੀ ਪਿਆਰ ਅਤੇ ਸਤਿਕਾਰ ਨਾਲ ਇਹ ਮੋਹ ਦੀਆਂ ਤੰਦਾਂ ਮਜ਼ਬੂਤ ਕਰਨੀਆਂ ਚਾਹੀਦੀਆਂ ਹਨ ਜੋ ਭੈਣ ਭਰਾ ਦੇ ਰਿਸ਼ਤੇ ਦੇ ਲਈ ਵਰਦਾਨ ਸਾਬਿਤ ਹੋ ਸਕਣ ਤਾਂ ਬੱਚਿਓ ਅਖੀਰ ਦੇ ਵਿੱਚ ਮੈਂ ਇਹੀ ਕਹਾਂਗੀ ਕਿ ਪੰਪਰਾ ਦੇ ਰਿਸ਼ਤੇ ਨੂੰ ਇੱਕ ਰਸਮੀ ਤਿਉਹਾਰ ਨਾ ਸਮਝ ਕੇ ਇੱਕ ਰੂਹ ਦਾ ਤਿਉਹਾਰ ਸਮਝਿਆ ਜਾਵੇ। ਦਿਖਾਵਿਆਂ ਨੂੰ ਛੱਡ ਕੇ ਸਾਦਗੀ ਤੇ ਪਿਆਰ ਸਤਿਕਾਰ ਦੀਆਂ ਇਹ ਮੋਹ ਦੀਆਂ ਤੰਦਾਂ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਕਿ ਇਹ ਜਿਹੜਾ ਰਿਸ਼ਤਾ ਹੈ ਇਹ ਜਨਮ ਜਨਮ ਲਈ ਗੂੜਾ ਬਣ ਸਕੇ। ਧੰਨਵਾਦ।